हाँ जी गुरमृत सिंह जी, हाँ जी गुरमृत सिंह जी, हाँ जी हाँ जी। सो तुसीं इस तरह दसो भी जिहड़ा असीं तुहाडा मोटापे करके ऑपरेशन किया है लैप्रोस्कोपिक गैस्ट्रिक बाईपास, अज 28 जनवरी 2011 हैगा, अज करवाए नूं किन्ना टाइम हो गया ते उस टाइम तुहाडा किन्ना वजन सीगा? ਮੈਨੂੰ 1 ਸਾਲ ਤੇ ਕੋਈ 1 ਮਹੀਨਾ ਹੋ ਗਿਆ ਜੀ। ਠੀਕ ਹੈ, 1.5 ਮਹੀਨਾ। ਠੀਕ ਹੈ ਜੀ। ਤੇ ਪਹਿਲਾਂ ਮੇਰਾ ਵਜ਼ਨ ਸੀਗਾ 157 ਕਿਲੋ। ਠੀਕ ਹੈ ਜੀ। ਤੇ ਹੁਣ 85 ਕਿਲੋ। ਹੁਣ 85 ਕਿਲੋ ਤੁਹਾਡਾ ਵਜ਼ਨ ਹੈਗਾ। ਹਾਂਜੀ ਠੀਕ ਹੈ। ਤੇ ਤੁਹਾਡਾ ਕਾਫੀ ਵਜ਼ਨ ਪਹਿਲਾਂ ਨਾਲੋਂ ਘੱਟ ਚੁੱਕਿਆ, 85, 15, 57 ਉਹ ਤੁਹਾਡਾ ਵਜ਼ਨ ਤਕਰੀਬਨ 70 ਕਿਲੋ ਤੋਂ ਉੱਤੇ ਘੱਟ ਚੁੱਕਿਆ ਹੈਗਾ। ਹਾਂਜੀ ਠੀਕ ਹੈ ਜੀ। ਤੁਸੀਂ ਇਹ ਦੱਸੋ ਵੀ ਪਹਿਲਾਂ ਜਿਹੜਾ ਤੁਹਾਨੂੰ ਮੋਟਾਪੇ ਕਰਨ ਕਿਹੜੇ ਕਿਹੜੇ ਮੁਸ਼ਕਲਾਂ ਆਉਂਦੀਆਂ ਸੀਗੀਆਂ ਤੁਹਾਡੇ ਕੰਮ ਕਰਨ ਦੇ ਵਿੱਚ ਜਾਂ ਤੁਹਾਨੂੰ ਘੁੰਮਣ ਫਿਰਨ ਦੇ ਵਿੱਚ ਹੋਰ ਪੌੜੀਆਂ ਪੁੜੀਆਂ ਚੜ੍ਹਨ ਦੇ ਵਿੱਚ? ਪਹਿਲਾਂ ਤਾਂ ਮੋਟਾਪੇ ਕਾਰਨ ਬਾਹਰ ਅੰਦਰ ਤੋਰਾ ਫੇਰਾ ਕਰਨਾ ਬਹੁਤ ਔਖਾ ਸੀ। ਠੀਕ ਹੈ। ਬਾਕੀ ਹੁਣ ਠੀਕ ਹੈ, ਐਕਟਿਵ ਹੋ ਗਿਆ। ਬਾਕੀ ਮੈਨੂੰ ਹਾਈ BP ਦੀ ਪ੍ਰੋਬਲਮ ਰਹਿਣ ਲੱਗੀ ਸੀ। ਠੀਕ ਹੈ। ਉਹ ਹੁਣ ਤਾਂ ਨਹੀਂ ਹੈ? ਨਹੀਂ, ਉਹ ਬਿਲਕੁਲ ਨਹੀਂ ਹੈ। ਠੀਕ ਹੈ। ਯੂਰਿਕ ਐਸਿਡ, ਕੋਲੈਸਟ੍ਰੋਲ। ਠੀਕ ਹੈ। ਬਸ ਇਹ 2-3 ਚੀਜ਼ਾਂ ਸੀ, ਉਹ ਸਾਰੀਆਂ ਠੀਕ ਹੋ ਗਈਆਂ, ਨੋਰਮਲ। ਠੀਕ ਹੈ। ਅੱਛਾ, ਜੋ ਡਾਕਟਰ ਨੇ ਤੁਹਾਨੂੰ ਕੈਲਸ਼ੀਅਮ ਅਤੇ ਵਿਟਾਮਿਨ ਦੱਸਿਆ ਹੈਗਾ, ਇਹ ਤੁਸੀਂ ਲਗਾਤਾਰ ਚੈੱਕ ਕਰਾਉਂਦੇ ਰਹਿੰਦੇ ਹੋ ਹਰ ਡਾਕਟਰ ਦੇ ਦੱਸੇ ਮੁਤਾਬਕ ਕੈਲਸ਼ੀਅਮ ਵਿਟਾਮਿਨ ਵਗੈਰਾ ਲੈਵਲ ਜੋ ਹੈਗਾ? ਨਹੀਂ, ਮੈਂ ਨਹੀਂ ਕਰਾਉਂਦਾ ਚੈੱਕ। ਠੀਕ ਹੈ, ਕਿਉਂਕਿ ਇਹ ਕਰਾਉਣੇ ਬਹੁਤ ਜ਼ਰੂਰੀ ਹੁੰਦੇ ਨੇ, ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਸਰੀਰ ਪੱਖੋਂ ਕਿਸ ਤਰ੍ਹਾਂ ਹੋ, ਤੁਹਾਡਾ ਕੈਲਸ਼ੀਅਮ ਵਿਟਾਮਿਨ ਕਿਸ ਤਰ੍ਹਾਂ ਚੱਲ ਰਿਹਾ। ਅੱਛਾ, ਦੂਜਾ ਦੱਸੋ ਵੀ ਜਿਹੜਾ ਤੁਸੀਂ ਇਹ ਕੈਲਸ਼ੀਅਮ ਵਿਟਾਮਿਨ ਲੈਂਦੇ ਤਾਂ ਰੈਗੂਲਰ ਹੋ? ਲੈਂਦਾ ਰੈਗੂਲਰ ਹੈ, ਕਈ ਵਾਰੀ ਮਿਸ ਕਰ ਜਾਂਦਾ, ਕਈ ਵਾਰੀ ਭੁੱਲ ਜਾਈਏ ਤਾਂ ਕੋਈ 2-4 ਦਿਨ ਵਿੱਚ ਦੀ ਟੱਪ ਵੀ ਕਰਦੇ। ਅਦਰਵਾਈਜ਼ ਉਹ ਮਿਸ ਨਹੀਂ ਕਰਨੇ ਹੈਗੇ, ਕਿਉਂਕਿ ਡਾਕਟਰ ਸਾਹਿਬ ਦੇ ਦੱਸੇ ਤੋਂ ਬਿਨਾਂ ਤੁਸੀਂ ਮਿਸ ਵੀ ਨਹੀਂ ਕਰਨੇ ਅਤੇ ਲੈਣੇ ਵੀ ਉਸੇ ਤਰ੍ਹਾਂ ਹੀ ਹੈ। ਹਾਂਜੀ ਠੀਕ ਹੈ ਜੀ।